ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਅੱਜ ਦੋਸਤੋ ਆਪਾਂ ਤੁਹਾਨੂੰ ਬਣਾਉਣੀ ਸਿਖਾਵਾਂਗੇ ਮੋਹਰੀ, ਜਿਹੜੀ ਪਸ਼ੂਆਂ ਦੇ ਪਾਈ ਦੀ। ਆਪਾਂ ਪਹਿਲਾਂ ਆਪਾਂ ਗੱਲ ਕਰੀਏ ਰੱਸੇ ਦੀ। ਇਹ ਰੱਸਾ ਦੋਸਤੋ 17-17.5 ਕੁ ਫੁੱਟ ਲੈਣਾ ਆਪਾਂ, ਅਤੇ ਦੋਨੇ ਸਿਰੇ ਜੋੜ ਕੇ ਅਤੇ ਆਪਾਂ ਸਿਰੇ 'ਤੇ ਗੱਠ ਮਾਰ ਦੇਣੀ ਹੈ। ਇੱਦਾਂ ਗੱਠ ਐਂ ਟਾਈਟ ਕਰ ਦੇਣੀ ਚੰਗੀ ਤਰ੍ਹਾਂ, ਅਤੇ ਤੁਸੀਂ ਇੱਦਾਂ ਇੱਥੋਂ ਲੈ ਕੇ ਇੱਥੇ ਕੂਹਣੀ ਤੱਕ ਮਾਪ ਲੈਣਾ ਆ। ਇਹਨੂੰ ਆਪਾਂ ਇੱਥੇ ਰੱਖ ਕੇ ਇੱਦਾਂ ਇਹਦੇ ਵਿੱਚ ਹੀ ਇੱਦਾਂ ਕੱਢਣਾ ਹੈ। ਇੰਨਾ ਕੁ ਆਪਾਂ ਦੇਖੋ ਵੀ ਆਈਡੀਆ ਗੱਠ ਤੋਂ ਲਾ ਲਓ ਵੀ ਇੰਨਾ ਕੁ ਕੱਢਣਾ, 8-9 ਇੰਚ। ਅਤੇ ਬਾਹਰ ਰੱਸਾ ਸਿੱਧਾ ਕਰਕੇ ਅਤੇ ਜਿਹੜਾ ਇੱਧਰ ਆਪਾਂ ਛੱਡਿਆ ਹੋਇਆ ਆ ਗੱਠ ਵਾਲਾ ਹਿੱਸਾ, ਉਹ ਆਪਾਂ ਐਨ ਇੱਧਰ ਚੀਚੀ 'ਤੇ ਲਿਆਉਣਾ ਆ। ਅਤੇ ਇੱਧਰੋਂ ਆਹ ਵਾਲਾ ਇੱਧਰ ਅੰਗੂਠੇ ਤੱਕ ਲੈ ਜਾਣਾ ਹੈ। ਅਤੇ ਆਹ ਜਿਹੜਾ ਬਚਿਆ ਆ ਇਹ ਆਪਾਂ ਇਹਦੇ ਅੰਗੂਠੇ ਦੇ ਅੰਗੂਠਾ ਕੱਢ ਕੇ ਇਹਦੇ ਵਿੱਚ ਹੀ ਕੱਢ ਦੇਣਾ। ਅਤੇ ਇੱਦਾਂ ਇਹਨੂੰ ਆਪਾਂ ਸਾਰੇ ਪਾਸੇ ਇੱਦਾਂ ਟਾਈਟ ਕਰ ਦੇਣਾ ਚੰਗੀ ਤਰ੍ਹਾਂ। ਇਹ ਆਪਣਾ ਅੱਧਾ ਹਿੱਸਾ ਸਮਝ ਲਓ ਹੋ ਗਿਆ ਤਿਆਰ ਮੋਹਰੀ ਦਾ। ਫਿਰ ਆਪਾਂ ਜਿਹੜਾ ਬਣਿਆ ਹਿੱਸਾ ਉਹ ਇੱਧਰ ਛੱਡ ਦੇਣਾ। ਅਤੇ ਇਹ ਤੋਂ ਫਿਰ ਆਪਾਂ ਨਾਪ ਲੈਣਾ ਆ ਇਹ ਜਿਹੜਾ ਹਿੱਸਾ ਨੱਕ 'ਤੇ ਆਉਣਾ ਉਸ ਤੋਂ ਉਹ ਆ। ਇਹ ਆਪਣੇ ਪਸ਼ੂ ਦੇ ਹਿਸਾਬ ਨਾਲ ਵੱਡਾ ਛੋਟਾ, ਛੋਟੇ 'ਚ ਪਾਉਣਾ ਤਾਂ ਛੋਟਾ, ਜੇ ਵੱਡੇ 'ਚ ਪਾਉਣਾ ਤਾਂ ਵੱਡਾ ਦੇਖ ਕੇ ਛੱਡ ਲੈਣਾ ਤੁਸੀਂ। ਅਤੇ ਆਪਾਂ ਬਣਾਉਣਾ ਵੱਡੀ ਮੱਝ ਲਈ, ਅਤੇ ਆਪਾਂ ਥੋੜ੍ਹਾ ਜਿਹਾ ਜ਼ਿਆਦਾ ਛੱਡ ਦੇਵਾਂਗੇ, ਤੁਸੀਂ ਦੇਖ ਸਕਦੇ ਇੰਨਾ ਕੁ। ਅਤੇ ਹੁਣ ਫਿਰ ਉਹੀ ਇਹਨੂੰ ਇੱਦਾਂ ਕਰ ਲੈਣਾ ਆਪਾਂ, ਇੱਥੋਂ ਕੱਢ ਲੈਣਾ ਇੱਦਾਂ। ਇਹ ਥੋੜ੍ਹਾ ਜਿਹਾ ਲੰਬਾ ਰੱਖ ਲਓ ਭਾਵੇਂ, ਇਹ ਥੋੜ੍ਹਾ ਹਿੱਸਾ ਲੰਬਾ ਰੱਖ ਲੈਣਾ ਇੰਨਾ ਕੁ ਆਪਣੇ ਜਾਨਵਰ ਦੇ ਹਿਸਾਬ ਨਾਲ। ਹੁਣ ਦੋ ਹਿੱਸੇ ਵਧੇ ਆਪਣੇ ਕੋਲ ਇਸ, ਅਤੇ ਲੰਬਾ ਰੱਖ ਲੈਣਾ ਆਪਾਂ ਵੀ, ਦੋ ਹਿੱਸੇ ਬਚ ਗਏ ਆਪਣੇ ਕੋਲ। ਅਤੇ ਹੁਣ ਫਿਰ ਬਸ ਉੱਦਾਂ ਹੀ ਇਹ ਹਿੱਸਾ ਚੀਚੀ 'ਤੇ ਲਿਆਉਣਾ ਆਪਾਂ, ਇਹਨੂੰ ਇੱਦਾਂ ਉੱਪਰ ਲੈ ਜਾਣਾ। ਜਿਹੜਾ ਆਹ ਬਚਿਆ ਹੋਇਆ ਇਹਨੂੰ ਆਪਾਂ ਇਹਦੇ ਵਿੱਚ ਹੀ ਕੱਢ ਦੇਣਾ। ਲਓ ਜੀ ਆਪਣੀ ਮੋਹਰੀ ਬਣ ਕੇ ਤਿਆਰ ਆ। ਇਹਨੂੰ ਇੱਦਾਂ ਚੰਗੀ ਤਰ੍ਹਾਂ ਗੱਠ ਦੇ ਕੇ ਖਿੱਚ ਲੈਣਾ ਆਪਾਂ ਨੇ। ਅਤੇ ਆ ਲਓ ਆਪਣੀ ਮੋਹਰੀ ਤਿਆਰ ਆ ਜੀ ਬਣ ਕੇ। ਅਤੇ ਇੱਕ ਆਪਾਂ ਗੱਠ ਦੇ ਦੇਣੀ ਇੱਥੇ, ਅਤੇ ਆਹ ਹਿੱਸਾ ਪਾ ਦੇਣਾ ਇਹਦੇ ਵਿੱਚ। ਆ ਲਓ ਮੋਹਰੀ ਤਿਆਰ ਆ। ਆਹ ਹਿੱਸਾ ਜਾਊਗਾ ਨੱਕ 'ਚ ਜਾਨਵਰ ਦੇ, ਇਹ ਹਿੱਸੇ ਨੂੰ ਆਉਣੀ ਉੱਪਰ ਗੱਠ, ਗੱਠ ਵਾਲੇ ਦੇ ਸਿਰ 'ਤੇ ਗੱਠ ਆ ਜਾਣੀ ਇੱਦਾਂ ਇੱਦਾਂ, ਗੱਠ ਵਾਲੇ ਦੇ ਉੱਤੇ ਗੱਠ ਆ ਜਾਣੀ ਇੱਦਾਂ। ਅਤੇ ਆਹ ਲਓ ਇੱਦਾਂ, ਆਹ ਨੱਕ ਵਿੱਚ, ਆਹ ਥੱਲੇ। ਇਹਦੇ ਨਾਲ ਆਪਣਾ ਰੱਸਾ ਜੇ ਕਿਸੇ ਨੇ ਬਣਾਉਣੀ ਹੈ ਤਾਂ ਆਪਾਂ ਤਾਂ ਥੱਲੇ ਸੰਗਲ ਪਾਈਦਾ, ਜੇ ਕਿਸੇ ਨੇ ਰੱਸਾ ਲਾਉਣਾ ਰੱਸਾ ਲਾ ਲਿਓ, ਫਿਰ ਰੱਸਾ ਵੱਡਾ ਲੈ ਲਿਓ ਹੋਰ ਥੋੜ੍ਹਾ ਜਿਹਾ। ਅਤੇ ਇਹ ਆਪਣੀ ਮੋਹਰੀ ਬਣ ਕੇ ਤਿਆਰ ਆ। ਵੀਡੀਓ ਦੇਖਣ ਲਈ ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।